नमस्कार टून चैनल वालों अज के इस समाचार बुलेटिन में आप जी का स्वागत। पहला इस बुलेटिन दिया चोणवीं खबर। पंचायती चोणों लई हुई गहमा गहमी तेज, बहुत समां ते हुई सर्वसम्मति। हुण खबर विस्तार नाल। सूबे में पंचायती चोणों का बिगल बज चुका है ते पिंडां विच जिथे सरपंच बनन की चाहत विच नूं सस प्यो पुत्र चाचा भतीजा ते कई पिंडां विच इको ही पार्टी के कई कई उम्मीदवार चोण मैदान विच हन। उत्थे कई पिंडां ने आपसी एकता की ऐसी मिसाल कायम की है कि दूजे पिंडां वास्ते प्रेरणा स्रोत बन के पिंड की आपसी एकता की एक नवी उदाहरण पेश कर रहे हैं। कपूरथला जिले दिन पैंदे पिंड रत्ता कदीम विच अज तक पंचायती चोणां समय कदे बूथ नहीं लगा। पिंड वासी हर बार अपनी पंचायत सरबसम्मति नाल चुनते हैं, चाहे सीट जनरल होवे, औरतों वाली होवे, चाहे एस सी होवे, पर पिंड वासी कदे भी पंचायत चोणों में पिंड की आपसी एकता में दरार नहीं पैण दिंदे। इस पिंड की खास गल यह है कि पिंड वासियों ने हुण तों ही यह चर्चा करनी शुरू कर दी है कि 2023 विच सरपंच किस नूं बनाया जाएगा। मैं इस पिंड की सरपंच बनी, इस टाइम मैनू सर्वसम्मति नाल सरपंच बनाया गया है। असी जिहड़ा भी काम करांगे अपनी जिम्मेवारी दे नाल करांगे। वाहिगुरू जी ने मैनू बहुत ही मान दिता है, मेरे भैन भरावां ने रल के सब ने मैनू सरपंच चुनिया है। केड़े-केड़े काम होण वाले इस पिंड विच? इस काम पिंड दे विच काफ़ी काम होण वाले, कोई गलियां भी बनन वालियां वा, कोई माता जी दा स्कूल दा, कोई बहुत काम करन वाले। असी सब तो पहली सम्मति असीं आपदे पिंड च करके ते बाकी इहदे पिंडां नूं असीं प्रेरणा दित्ती वी आपां विकास करा सकदे आं सर्वसम्मति करके। ते मेरे ब्लाक दे विच्चों 50% सर्वसम्मतियां करवा के मैं सरकार दी झोली पाई आं जी। ਭਗਵਾਨਪੁਰ ਝੁੱਗੀਆਂ ਗੁਲਾਮ ਜੀ, ਇਹਨਾਂ ਚਾਰਾਂ ਪਿੰਡਾਂ 'ਚ ਸੰਮਤੀ ਹੋਈ ਹੈ ਜੀ। ਤੇ ਆਪਾਂ ਤੇ ਇਹੀ ਆ ਜੀ, ਚਲੋ ਬਲਾਕ ਸੰਮਤੀ ਮੈਂਬਰ ਦੇ ਤੌਰ ਤੇ ਜਿੰਨਾ ਹੋਇਆ ਇਹਨਾਂ ਪਿੰਡਾਂ 'ਚ ਵਿਕਾਸ ਕਰਾਵਾਂਗੇ। ਕਿਸੇ ਤੁਸੀਂ ਕਿੱਦਾਂ ਇਹਨਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਇਸ ਕੰਮ ਵਾਸਤੇ? ਕੋਈ ਨਹੀਂ, ਪ੍ਰੇਰਿਤ ਦੇਖੋ ਜੀ, ਇੱਕ 'ਚ ਸਰਕਾਰ ਦੀਆਂ ਕਈ ਸਕੀਮਾਂ ਜੀ, ਇਹਦੇ ਵਿੱਚ ਸਰਬਸੰਮਤੀ ਵਾਲੇ ਪਿੰਡਾਂ ਨੂੰ ਪਹਿਲ ਦੇ ਆਧਾਰ 'ਤੇ ਸਰਕਾਰ ਲਊਗੀ ਅਤੇ ਕੁਛ ਅਸੀਂ ਸਾਥ ਦੇ ਕੇ ਨਾਲ MLA ਸਾਹਿਬ ਵੱਲੋਂ ਵੀ ਧੱਕਾ ਲਵਾ ਕੇ ਜੋ ਵੀ ਹੈਗਾ ਵਿਕਾਸ ਇਹਨਾਂ ਦਾ ਵਧੀਆ ਤੋਂ ਵਧੀਆ ਕਰਵਾਵਾਂਗੇ। ਤੁਹਾਡੇ ਪਿੰਡ ਆਪਣੇ ਪਿੰਡ 'ਚ ਕਦੀ ਵੋਟਾਂ ਨਹੀਂ ਪਈਆਂ ਪੰਚਾਇਤੀ ਜਿਹੜੀਆਂ ਚੋਣਾਂ ਹੁੰਦੀਆਂ, ਇਹਦਾ ਕੀ ਕਾਰਨ ਆ? ਕਾਰਨ ਇਹੀ ਹੈ ਜੀ, ਛੋਟਾ ਜਿਹਾ ਪਿੰਡ ਹੈ ਅਤੇ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਆ ਜੀ। ਅਸੀਂ ਇੱਕ ਛੋਟੀ ਜਿਹੀ ਦਿੱਕਤ ਵਿੱਚ ਵੀ ਸਾਰਾ ਪਿੰਡ ਇਕੱਠਾ ਹੁੰਦਾ ਜੀ, ਅਤੇ ਇਲੈਕਸ਼ਨ ਹੋਣ ਦੀ ਤਾਂ ਗੱਲ ਹੀ ਦੂਰ ਦੀ ਜੀ। ਇੱਥੇ ਅਸੀਂ ਤਾਂ ਐਤਕੀ ਵੀ ਅਗਲਾ ਸਰਪੰਚ ਚੁਣ ਲਿਆ, ਕਿਹਨੂੰ ਚੁਣਾਂਗੇ? ਅਤੇ ਇਸ ਕਰਕੇ ਜੀ ਇੱਥੇ ਕਦੇ ਇਲੈਕਸ਼ਨ ਨਹੀਂ ਹੋਈ ਅਤੇ ਨਾ ਹੀ ਕਦੇ ਹੋਊਗੀ। ਛੋਟਾ ਜਿਹਾ ਪਿੰਡ ਆ ਸਾਡਾ ਪਿੰਡ, ਇਹ ਪਿੰਡ ਦੀ ਬਹੁਤ ਜ਼ਿਆਦਾ ਨੇੜਤਾ, ਹਰੇਕ ਘਰ ਦਾ, ਹਰੇਕ ਬੰਦੇ ਮੈਂਬਰ ਦਾ, ਹਰੇਕ ਦਾ ਪਿਆਰ ਹੈ, ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਜੀ। ਇਸ ਕਰਕੇ ਸਾਡੇ ਜਦੋਂ ਵੀ ਪਿਛਲੀ ਵਾਰ ਤੋਂ ਸਰਪੰਚ ਜਦੋਂ ਪੰਚਾਇਤ ਵੱਖਰੀ ਹੋਈ ਆ, ਉਦੋਂ ਉਸੇ ਤੋਂ ਲਗਾਤਾਰ ਇਹ ਰੀਤ ਚੱਲੀ ਆਉਂਦੀ ਆ ਕਿ ਪੰਚਾਇਤ ਹਰ ਵਾਰੀ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਗਾਂਹ ਵੀ ਅੱਗੇ ਜਿਹੜਾ ਹੋਣਾ ਪੰਚਾਇਤ ਚੁਣੀ ਗਈ ਆ, ਇਹੋ ਫੈਸਲਾ ਫਿਰ ਲਿਆ ਗਿਆ ਵਾ, ਜਦੋਂ ਅਗਲੀ ਪੰਚਾਇਤ ਫਿਰ ਆਈ ਉਹ ਵੀ ਸਰਬਸੰਮਤੀ ਨਾਲ ਚੁਣੀ ਜਾਣੀ ਆ। ਪੰਚਾਇਤ ਵਾ ਜਿਹੜੀ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਚੁਣੀ ਜਾਂਦੀ ਆ, ਇਸ ਵਾਰ ਵੀ ਸਰਬਸੰਮਤੀ ਨਾਲ ਸਾਰੀ ਪੰਚਾਇਤ ਮੈਂਬਰ ਸਭ ਚੁਣੇ ਗਏ ਹਨ ਅਤੇ ਉਹ ਬਾਕੀ ਅਸੀਂ ਵਿਕਾਸ ਜੋ ਪਿੰਡ ਦਾ ਵਾ ਪੂਰਾ ਵਿਕਾਸ ਕਰਾਂਗੇ। ਹਲਕਾ ਵਿਧਾਨ ਸਭਾ ਫਗਵਾੜਾ ਦੇ ਪਿੰਡ ਚੱਕ ਪ੍ਰੇਮਾ ਵਿਖੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਦੇ ਹੋਏ ਬੀਬੀ ਮੀਨੂ ਪਤਨੀ ਰਾਕੇਸ਼ ਕੁਮਾਰ ਨੂੰ ਸਰਪੰਚ ਐਲਾਨਿਆ ਗਿਆ, ਜਦਕਿ ਪੰਚਾਇਤ ਮੈਂਬਰਾਂ ਵਿੱਚ ਕੁਲਦੀਪ ਕੁਮਾਰ, ਤਰਲੋਕ ਸਿੰਘ, ਪਰਮਿੰਦਰ ਕੁਮਾਰ, ਬੀਬੀ ਪਰਮਜੀਤ ਕੌਰ ਅਤੇ ਬੀਬੀ ਸੁਖਵਿੰਦਰ ਕੌਰ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਰਪੰਚ ਮੀਨੂ ਦੇ ਪਤੀ ਰਾਕੇਸ਼ ਕੁਮਾਰ ਸਮੇਤ ਸਮੂਹ ਪੰਚਾਇਤ ਮੈਂਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਦਿਹਾਤੀ ਕਾਂਗਰਸ ਬਲਾਕ ਫਗਵਾੜਾ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਵਿਸ਼ੇਸ਼ ਉੱਦਮ ਸਦਕਾ ਅੱਜ ਹਲਕਾ ਵਿਧਾਨ ਸਭਾ ਫਗਵਾੜਾ ਦੇ ਪਿੰਡ ਦਰਵੇਸ਼ ਵਿਖੇ ਸਰਬਸੰਮਤੀ ਨਾਲ ਕਾਂਗਰਸ ਪੱਕੀ ਪੰਚਾਇਤ ਦਾ ਗਠਨ ਕਰਦੇ ਹੋਏ ਭੁਪਿੰਦਰ ਸਿੰਘ ਖਹਿਰਾ ਨੂੰ ਸਰਪੰਚ ਚੁਣ ਲਿਆ ਗਿਆ। ਇਸ ਤੋਂ ਇਲਾਵਾ ਮੈਂਬਰ ਪੰਚਾਇਤ ਵਜੋਂ ਅਮਰੀਕ ਸਿੰਘ ਮੀਕਾ, ਗੁਰਨਾਮ ਰਾਮ, ਰਾਜਵਿੰਦਰ ਕੌਰ, ਪਤਨੀ ਮਨਜੀਤ ਸਿੰਘ ਟੰਡਾ ਅਤੇ ਸੁਰਜੀਤ ਕੁਮਾਰ ਵੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਨਵੀਂ ਬਣੀ ਪੰਚਾਇਤ ਦਾ ਸਵਾਗਤ ਕਰਨ ਲਈ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਨਾਲ ਹੀ ਅੱਜ ਦੇ ਸਮਾਚਾਰ ਬੁਲੇਟਿਨ ਸਮਾਪਤ ਹੁੰਦੇ ਹਨ। ਕੱਲ੍ਹ ਫਿਰ ਨਵੀਆਂ ਅਤੇ ਤਾਜ਼ਾ ਖਬਰਾਂ ਨਾਲ ਮੁਲਾਕਾਤ ਹੋਏਗੀ। ਸੁਸ਼ੀਲ ਸ਼ਰਮਾ ਨੂੰ ਦਿਓ ਇਜਾਜ਼ਤ। ਧੰਨਵਾਦ।